जिन जिन किनी मेरे गुर की आसा, जिन जिन किनी मेरे गुर की आसा, तिसकी कटी है जम की पासा। जय तसरी महला पंजवा वार सलोका नाल एक ओंकार सतगुर प्रसाद श्लोक आदि पूरन मध्य पूरन अंत पूरन परमेश्वर है सिमरंत संत सर्वत्र रमणं नानक अघनासन जगदीश्वर है पेखन सुनन सुनावन मन मह दृढ़ी है साच पूर रहो सर्वत्र मैं नानक हर रंग राच पौड़ी हर एक निरंजन गाइय सब अंतर सोई करण कारण समरथ प्रभ जो करे सो होई खिन मह थाप ओ थाप दा तिस बिन नहीं कोई खंड ब्रह्मांड पाताल दीप रवे आ सब लोई जिस आप बुझाए सो बुझसी निर्मल जन सोई श्लोक रचंत जी रचना मात गर्भ अस्थापन सास सास सिमरंत नानक महा अगन ना विनाशनं मुख तलै पैर उपरे वसंदो कुह थड़ै थाय नानक सो तनी क्यों विसारेओ उधर है जिस दै नाय पौड़ी मुख तलै पैर उपरे तलै पोले बोलना तलै नहीं करना वसंदो कुह थड़ै थाय कुह थड़ै इउं उचारन है कुहथड़ै जां होर रूप विच नहीं इसका उचारन करना कुहथड़ै थाय हाँ जी पौड़ी रकत बिंद कर निमिया अगन उदर मजहार उर्ध मुख कुचील बिकल नरक घोर गुबार हर सिमरत तू ना जल है मन तन उर तार बिखम थन हो जिन रखिया तिस तिल ना विसार प्रभ बिसरत सुख कदे ना हे जस है जन्म हार श्लोक मन इच्छा दान करणं सर्वत्र आसा पूर्ण है खंडनं कल कलेस है प्रभ सिमर नानक नह दूरण है हब रंग माण है जिस संग तै स्यौ लाइय नेह सो सह बिंद न विसराओ नानक जिन सुंदर रचिया देह पौड़ी जियो प्राण तन धन दिया दीने रस भोग गृह मंदर रथ आस दिए रच भले संयोग सुत बनता साजन सेवक दिए प्रभ देवन जोग हर सिमरत तन मन हरिया लह जाहि विजोग साध संग हर गुण रमह बिनसे सब सोग बिनसे सब रोग श्लोक कुटुंब जतन करण माया अनेक उद्यम है हर भगत भावहीण नानक प्रभ बिसरत ते प्रेतत है प्रेतत है इकट्ठा पाठ है संबंधक रूप विच प्रेतत है करके नहीं बोलना जो प्रेतत है बोलांगे एक तत्ता विचों अलोप हो जाएगा प्रभ बिसरत ते प्रेतत है सुत बनता साजन सेवक दिए आप जी ने विश्राम सरवण किया है पर बहुत ज़्यादा पाठी सिंह इत्थे ही विश्राम लगा देंदे हन सुत बनता साजन सेवक दिए प्रभ देवन जोग पर आपां जिस तरह आप जी ने सरवण किया है सुत बनता साजन सेवक दिए इत्थे ही विश्राम लगाना इस पंक्ति का जी
ਟੁੱਟੜੀਆ ਸਾ ਪ੍ਰੀਤ ਜੋ ਲਾਈ ਬੇਅੰਨ ਸਿਓ ਨਾਨਕ ਸੱਚੀ ਰੀਤ ਸਾਈ ਸੇਤੀ ਰੱਤਿਆ ਪੌੜੀ ਟੁੱਟੜੀਆ ਸਾ ਪ੍ਰੀਤ ਤੱਤੇ ਦੇ ਨਾਲ ਅੱਖਰ ਆਰੰਭ ਹੋ ਰਿਹਾ ਹੈ ਇਸ ਲਈ ਟੁੱਟੜੀਆ ਕਰਕੇ ਟੈਂਕੇ ਨਾਲ ਨਹੀਂ ਬੋਲਣਾ ਟੁੱਟੜੀਆ ਸਾ ਪ੍ਰੀਤ ਜੋ ਲਾਈ ਬੇਅੰਨ ਸਿਓ ਪੌੜੀ ਜਿਸ ਬਿਸਰਤ ਤਨ ਭਸਮ ਹੋਏ ਕਹਿਤੇ ਸਭ ਪ੍ਰੀਤ ਖਿਨ ਗ੍ਰਹਿ ਮਹਿ ਬਸਨ ਨਾ ਦੇਵਹੀ ਜਿਨ ਸਿਓ ਸੋਈ ਹੇਤ ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੇਤ ਜੈਸਾ ਬੀਜੈ ਸੋ ਲੁਣਾ ਕਰਮ ਇਹੋ ਖੇਤ ਅਕਿਰਤ ਘਣਾ ਹਰ ਵਿਸਰਿਆ ਜੋਨੀ ਪਰਮੇਤ ਸਲੋਕ ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੇਤ ਅਨਰਥ ਇਹ ਤਾਂ ਸਾਡਾ ਆਮ ਲਫਜ਼ ਹੈ ਭਾਸ਼ਾ ਦਾ ਅਨਰਥ ਕਰਕੇ ਨਹੀਂ ਬੋਲਣਾ ਅਨਰਥ ਕਰ ਅਨਰਥ ਦਰਬ ਸੰਚਿਆ ਹਾਂਜੀ ਸਲੋਕ ਕੋਟ ਦਾਨ ਇਸ ਨਾਨੰ ਅਨਕ ਸੋਧਨ ਪਵਿੱਤਰਤ ਹੈ ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਬਿਮੁਚਤੇ ਈਂਧਨ ਕੀਤੋ ਮੂੰਹ ਘਣਾ ਭੋਰੀ ਦਿੱਤੀਮ ਪਾਹੇ ਮਨ ਵਸੰਦੜੋ ਸੱਚ ਸਹ ਨਾਨਕ ਹੱਬੇ ਡੁੱਖੜੇ ਉਲਾਹੇ ਪੌੜੀ ਕੀਤੋ ਮੂੰਹ ਘਣਾ ਕੀਤੋ ਮੂੰਹ ਇਓ ਇਸ ਰੂਪ ਵਿੱਚ ਪਾਠ ਇਕੱਠਾ ਹੈ ਦਿੱਤੀਮ ਇਸ ਰੂਪ ਵਿੱਚ ਪਾਠ ਇਕੱਠਾ ਹੈ ਜਿਵੇਂ ਭਾਈ ਸਾਹਿਬ ਜੀ ਪਾਸੋਂ ਆਪ ਜੀ ਨੇ ਸੁਣਿਆ ਈਂਧਨ ਕੀਤੋ ਮੂੰਹ ਘਣਾ ਭੋਰੀ ਦਿੱਤੀਮ ਪਾਹੇ ਹਾਂਜੀ ਪੌੜੀ ਕੋਟ ਅਗਾ ਸਭ ਨਾਸ ਹੋਹੇ ਸਿਮਰਤ ਹਰ ਨਾਉ ਮਨ ਚਿੰਦੇ ਫਲ ਪਾਈਆ ਹੈ ਹਰ ਕੇ ਗੁਣ ਗਾਉ ਜਨਮ ਮਰਨ ਭੈ ਕਟੀਆ ਹੈ ਨਿਹਚਲ ਸੱਚ ਥਾਉ ਪੂਰਬ ਹੋਵੈ ਲਿਖਿਆ ਹਰ ਚਰਨ ਸਮਾਉ ਕਰ ਕਿਰਪਾ ਪ੍ਰਭ ਰਾਖ ਲੇਹ ਨਾਨਕ ਬਲ ਜਾਉ ਸਲੋਕ ਪਿੱਛੇ ਸਲੋਕ ਦੀ ਆਰੰਭਤਾ ਵਾਲੀ ਜਿਹੜੀ ਪੰਗਤੀ ਆਈ ਕੋਟ ਦਾਨ ਇਸ ਨਾਨੰ ਅਨਕ ਸੋਧਨ ਪਵਿੱਤਰਤ ਹੈ ਸੋਧਨ ਪਾਠ ਕਰਨਾ ਸੋ ਧਨ ਜਾਂ ਹੋਰ ਰੂਪ ਵਿੱਚ ਨਹੀਂ ਅਨਕ ਸੋਧਨ ਪਵਿੱਤਰਤ ਹੈ ਸਲੋਕ ਗ੍ਰਹਿ ਰਚਨਾ ਅਪਾਰੰ ਮਨ ਬਿਲਾਸ ਸੁਆਦੰ ਰਸ ਹੈ ਕਦਾਂਚ ਨਹਿ ਸਿਮਰੰਤ ਨਾਨਕ ਤੇ ਜੰਤ ਬਿਸ਼ਟਾ ਕ੍ਰਿਮ ਹੈ ਮੁੱਚ ਅਡੰਬਰ ਹਬ ਕਿਹੋ ਮੰਝ ਮੁਹੱਬਤ ਨੇਹ ਸੋ ਸਾਈ ਜੈ ਵਿਸਰੈ ਨਾਨਕ ਸੋ ਤਨ ਖੇਹ ਪੌੜੀ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਇ ਮੋਤੀ ਹੀਰੇ ਮਨ ਇੱਛੇ ਸੁਖ ਮਾਣਦਾ ਕਿਛ ਨਾਹੇ ਵਿਸੂਰੇ ਸੋ ਪ੍ਰਭ ਚੇਤਨਾ ਆਵਾਈ ਵਿਸਟਾ ਕੇ ਕੀਰੇ ਬਿਨ ਹਰ ਨਾਮ ਨਾ ਸਾਂਤ ਹੋਇ ਕਿਤ ਬਿਦ ਮਨ ਧੀਰੇ ਸਲੋਕ ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਦਹਿ ਦਿਸ ਹੈ ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮ ਹੈ ਮਨ ਸਾਈ ਮੁਖ ਉਚਰਾ ਵੱਤਾ ਹੱਬੇ ਲੋ ਨਾਨਕ ਹੱਬ ਅਡੰਬਰ ਕੂੜਿਆ ਸੁਣ ਜੀਵਾ ਸੱਚੀ ਸੋਏ ਪੌੜੀ ਬਸਤਾ ਤੂਟੀ ਝੁੰਪੜੀ ਚੀਰ ਸਭ ਛਿੰਨਾ ਜਾਤ ਨਾ ਪਾਤ ਨਾ ਆਦਰੋ ਉਦਿਆਨ ਭ੍ਰਮਿੰਨਾ ਮਿੱਤਰ ਨਾ ਏਠ ਧਨ ਰੂਪਹੀਣ ਕਿਛ ਸਾਕ ਨਾ ਸਿੰਨਾ ਮਿੱਤਰ ਨਾ ਏਠ ਧਨ ਰੂਪਹੀਣ ਕਿਛ ਸਾਕ ਨਾ ਛਿੰਨਾ ਹਾਂਜੀ ਰਾਜਾ ਸਗਲੀ ਸ੍ਰਿਸ਼ਟਕਾ ਹਰ ਨਾਮ ਮਨ ਭਿੰਨਾ ਤਿਸ ਕੀ ਧੂੜ ਮਨ ਉਧਰ ਪ੍ਰਭ ਹੋਏ ਸੋ ਪ੍ਰਸੰਨਾ ਸਲੋਕ ਅਨਕ ਲੀਲਾ ਰਾਜ ਰਸ ਰੂਪੰ ਛਤਰ ਚਮਰ ਤਖਤ ਆਸਨੰ ਰਚੰਤ ਮੂੜ ਅਗਿਆਨ ਅੰਧ ਹੈ ਨਾਨਕ ਸੁਪਨ ਮਨੋਰਥ ਮਾਇਆ ਸੁਪਨ ਹਬ ਰੰਗ ਮਾਣਿਆ ਮਿੱਠਾ ਲੱਗੜਾ ਮੋਹ ਨਾਨਕ ਨਾਮ ਵਿਹੂਣੀਆ ਸੁੰਦਰ ਮਾਇਆ ਧਰੋਹ ਪੌੜੀ
सुपने सेती चित मूर्ख लाया बिसरे राज रस भोग जागत पखलाया आर जा गई विहाय तंदा ताया पूरन पय ना काम मोहिया माया क्या विचारा जंत जा आप पुलाया सलोक बसंत स्वर्ग लोक है जित ते पृथ्वी नव खंडन है बिसरंत हर गोपाल है नानक ते प्राणी उद्यान भ्रमण है कौतक कूड़ तमसिया चित न आवस नाओ नानक कूड़ी नरक बराबरे उजड़ सोई थाओ पौड़ी नानक कूड़ी नरक बराबरे उजड़ सोई थाओ यो कोड़ी पाठ करना है कोड़ी तो भाव वी दी गिनती नूं वी कोड़ी कहा जाता है ते कोड़ी तो भाव करोड़ां वी है करोड़ां नरकां दे बराबर सो ये कोड़ी करके पाठ नहीं करना नानक कोड़ी नरक बराबर उजड़ सोई थाव पौड़ी महापयान उद्यान नगर कर मान्या झूठ समग्री पेख सच कर जान्या काम क्रोध अहंकार फिर है दीवान्या सिर लगा जम डंड ता पछताने्या बिन पूरे गुरदेव फिर सैतान्या सलोक राज कपटं रूप कपटं धन कपटं कुल गर्भत है संचंत बिखिया शलं छिद्रं नानक बिन हर संग न चालते पे खंदड़ो की पुल तुम्मा दिसम सोहणा अड न लहंदड़ो मुल नानक साथ न जुलाई माया अड न लहदड़ो मुल बिंदी टिप्पी नहीं है अड़ ना लहदड़ो मुल लहदड़ो पाठ करना है अड़ ये भी ढड्डे की आवाज आनी है अड करके पोला नहीं बोलना अड़ ऐड़े ते अधिक भी नहीं लाना अड करके नहीं अड़ ना लहदड़ो मुल नानक साथ ना जुलई माया अड़ ना लहदड़ो मुल नानक साथ ना जुलई माया पौड़ी चलदिया नाल ना चला है सो क्यों संजी है तिसका कहो क्या जदन जिस ते वंजी है हर बिसरे है क्यों त्रिपतावै ना मन रंजी है प्रभु छोड़ अन लगै नरक समंजी है हो कृपाल दयाल नानक पौ पंजी है सलोक नाच राज सुख मिष्टं नाच भोग रस मिष्टं नाच मिष्टं सुख माया मिष्टं साध संग हर नानक दास मिष्टं प्रभ दर्शनं नाच राज सुख मिष्टं नाच भोग रस मिष्टं नाच पोला बोलना नाच नहीं करना नाच तो भाव नहीं है नाच राज सुख मिष्टं नाच भोग रस मिष्टं नाच मिष्टं सुख माया मिष्टं साध संग हर इथे विश्राम है मिष्टं साध संग हर नानक दास मिष्टं प्रभ दर्शनं मिष्टं साध संग हर नानक दास मिष्टं प्रभ दर्शनं लगड़ा सो नेह मन मह मजाहू रत्या लगड़ा सो नेह मन मजाहू रत्या विदड़ो सच थोक नानक मिठड़ा सो धनी पौड़ी हर बिन कछु न लगाई भगतन कौ मीठा आन स्वाद सब फीकिया कर निरनाव डीठा अज्ञान भरम दुख कटिया गुर भय बसीठा चरण कमल मन भेदया ज्यो रंग मजीठा जियो प्राण तन मन प्रभु बिन से सब झूठा सलोक त्यकत जलं वाहिगुरु जी पाठ चल रहा है बेनती करनी पेगी अब चंगी सिंह जिहड़े हुण आए आ बई काका जी तुसीं नित लेट आउंदे हो इस करके ਆਪਾਂ ਨੂੰ ਫਿਰ ਲਾਹਾ ਘੱਟ ਹੋਏਗਾ ਜਰਾ ਟਾਈਮ ਨਾ ਆਇਆ ਕਰੋ ਬਈ
ਮੱਧ ਹੋ ਗਿਆ ਮਹਾਰਾਜ ਦਾ ਅਤੇ ਆਪ ਸਾਰੇ ਨਾ ਬੱਚੇ ਟਾਈਮ ਨਾਲ ਆਇਆ ਕਰੋ। ਤਕਰੀਬਨ ਪੌਣਾ ਘੰਟਾ ਹੋ ਗਿਆ ਕਲਾਸ ਚੱਲ ਰਹੀ ਨੂੰ, ਅਤੇ ਕੱਲ੍ਹ ਤੋਂ ਕੋਸ਼ਿਸ਼ ਕਰਿਓ ਸਾਰੇ ਬੱਚੇ ਟਾਈਮ ਨਾਲ ਆਇਆ ਕਰੋ ਬਾਈ। ਹਾਂ ਚਲੀਏ ਜੀ। ਸਲੋਕ ਤਿਆਕਤ ਜਲੰ ਨਹਿ ਜੀਵ ਮੀਨੰ ਨਹਿ ਤਿਆਗ ਚਾਤ੍ਰਿਕ ਮੇਘ ਮੰਡਲ ਹੈ। ਤਿਆਕਤ ਜਲੰ ਤਿਆਕਤ ਕਰਕੇ ਵੱਖਰਾ ਵੱਖਰਾ ਕਰਕੇ ਪਾਠ ਨਹੀਂ ਕਰਨਾ। ਤਿਆਕਤ ਤਿਆਕਤ ਤੋਂ ਭਾਵ ਹੈ ਵਿਛੁੜ ਕੇ। ਤਿਆਕਤ ਜਲੰ ਨਹਿ ਜੀਵ ਮੀਨੰ ਨਹਿ ਤਿਆਗ ਚਾਤ੍ਰਿਕ ਮੇਘ ਮੰਡਲ ਹੈ। ਬਾਣ ਬੇਧੰਚ ਕੁਰੰਕ ਨਾਦੰ ਅਲ ਬੰਧਨ ਕੁਸਮ ਬਾਸਨ ਹੈ। ਚਰਨ ਕਮਲ ਰਚੰਤ ਸੰਤ ਹੈ ਨਾਨਕ ਆਨ ਨ ਰੁਚਤੇ। ਮੁਖ ਦੇਖਾਉ ਪਲਕ ਛੱਡ ਆਨ ਨ ਡੇਉ ਚਿਤ। ਜੀਵਨ ਸੰਗਮ ਤਿਸ ਧਣੀ ਹਰ ਨਾਨਕ ਸੰਤਾਂ ਮਿਤ ਪੌੜੀ। ਜਿਉ ਮਛਲੀ ਬਿਨ ਪਾਣੀ ਹੈ ਕਿਉ ਜੀਵਨ ਪਾਵੈ। ਬੂੰਦ ਵਿਹੂਣਾ ਚਾਤ੍ਰਿਕੋ ਕਿਉ ਕਰ ਤ੍ਰਿਪਤਾਵੈ। ਨਾਦ ਕੁਰੰਕ ਹੈ ਵਿਦਿਆ ਸਨਮੁਖ ਉਠਤਾਵੈ। ਭਵਰ ਲੋਭੀ ਕੁਸਮ ਬਾਸਕਾ ਮਿਲ ਆਪ ਬੰਧਾਵੈ। ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਘਾਵੈ। ਸਲੋਕ ਚਿਤਵੰਤ ਚਰਨ ਕਮਲੰ ਸਾਸ ਸਾਸ ਅਰਾਧਨ ਹੈ। ਨਹਿ ਬਿਸਰੰਤ ਨਾਮ ਅਚੁੱਤ ਨਾਨਕ ਆਸ ਪੂਰਨ ਪਰਮੇਸ਼ੁਰ ਹੈ। ਸੀਤੜਾ ਮਨ ਮੰਜਾਹੇ ਪਲਕ ਨ ਥੀਵੈ ਬਾਹਰਾ। ਨਾਨਕ ਆਸੜੀ ਨਿਵਾਹੇ ਸਦਾ ਪੇਖੰਦੋ ਸਚ ਧਣੀ ਪੌੜੀ। ਆਸਾਵੰਤੀ ਆਸ ਗੁਸਾਈ ਪੂਰੀ ਹੈ ਮਿਲ ਗੋਪਾਲ ਗੋਬਿੰਦ ਨਾ ਕਬਹੂ ਝੂਰੀ ਹੈ। ਦੇਹੁ ਦਰਸ ਮਨ ਚਾਉ ਲਹਿ ਜਾਹੇ ਵਿਸੂਰੀ ਹੈ। ਹੋਏ ਪਵਿੱਤਰ ਸਰੀਰ ਚਰਨਾ ਧੂਰੀ ਹੈ ਪਾਰ ਬ੍ਰਹਮ ਗੁਰਦੇਵ ਸਦਾ ਹਜੂਰੀ ਹੈ। ਸਲੋਕ ਰਸਨਾ ਉਚਰੰਤ ਨਾਮੰ ਸ਼੍ਰਵਣੰ ਸੁਨੰਤ ਸ਼ਬਦ ਅੰਮ੍ਰਿਤ ਹੈ। ਨਾਨਕ ਤਿਨ ਸਦ ਬਲਿਹਾਰੰ ਜਿਨ੍ਹਾਂ ਧਿਆਨ ਪਾਰ ਬ੍ਰਹਮਣ ਹੈ। ਹਬ ਕੂੜਾਵੇ ਕੰਮ ਇਕਸ ਸਾਈਂ ਬਾਹਰੇ। ਨਾਨਕ ਸੇਈ ਧੰਨ ਜਿਨ੍ਹਾਂ ਪਿਰਹੜੀ ਸੱਚ ਸਿਓ ਪੌੜੀ। ਹਬ ਕੂੜਾਵੇ ਕੰਮ ਇਕਸ ਸਾਈਂ ਬਾਹਰੇ। ਸਾਈਂ ਤੋਂ ਬਿਨਾਂ ਸਾਈ ਪਾਠ ਹੈ, ਸਾਈ ਨਹੀਂ ਕਰਨਾ ਜੀ। ਹਾਂਜੀ ਪੌੜੀ ਸਦ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ। ਪੂਰੇ ਤੇ ਪ੍ਰਧਾਨ ਨਿਵਾਵ ਹੈ ਪ੍ਰਭ ਮੱਥਾ। ਹਰ ਜਸ ਲਿਖ ਹੈ ਬੇਅੰਤ ਸੋਹ ਹੈ ਸੇ ਹੱਥਾ। ਚਰਨ ਪੁਨੀਤ ਪਵਿੱਤਰ ਚੱਲ ਹੈ ਪ੍ਰਭ ਪੱਥਾ। ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ। ਸਲੋਕ ਇਸ ਪੌੜੀ ਦੀਆਂ ਜੋ ਪੰਕਤੀਆਂ ਹਨ ਸਦ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ। ਇਸ ਦਾ ਉਚਾਰਨ ਇਉਂ ਨਰਮਾਈ ਵਿੱਚ ਪੋਲਾ ਹੈ। ਅੱਗੇ ਦੋਨੋਂ ਪੰਕਤੀਆਂ ਪੂਰੇ ਤੇ ਪ੍ਰਧਾਨ ਨਿਵਾਵੈ ਹੈ ਪ੍ਰਭ ਮੱਥਾ। ਹਰ ਦਸ ਲਿਖ ਹੈ ਬੇਅੰਤ ਸੋਹ ਹੈ ਸੇ ਹੱਥਾ। ਇਹ ਥੋੜ੍ਹਾ ਵਜਨ ਦੇ ਕੇ ਹੈ। ਔਰ ਅਗਲੀ ਪੰਕਤੀ ਚਰਨ ਪੁਨੀਤ ਪਵਿੱਤਰ ਚੱਲ ਹੈ ਪ੍ਰਭ ਪਥਾ। ਪਥਾ ਵੀ ਪੋਲਾ ਬੋਲਣਾ ਪੱਥਾ ਨਹੀਂ। ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ। ਇਹ ਵੀ ਥੋੜ੍ਹਾ ਇਉਂ ਵਜਨ ਦੇ ਕੇ ਭਾਵ ਪੌੜੀ ਦੀ ਜੋ ਪਹਿਲੀ ਔਰ ਚੌਥੀ ਪੰਕਤੀ ਹੈ ਇਹ ਅੱਖਰ ਕਥਾ ਪਥਾ ਇਹ ਪੋਲੇ ਉਚਾਰਨ ਕਰਨੇ ਨੇ। ਬਾਕੀ ਵਜਨ ਸਹਿਤ ਕਰਨੇ ਨੇ ਹੱਥਾ ਮੱਥਾ ਇਤਿਆਦਿਕ ਜੀ। ਚਰਨ ਪੁਨੀਤ ਪਵਿੱਤਰ ਚੱਲ ਹੈ ਪ੍ਰਭ ਪਥਾ। ਸੰਤਾ ਸੰਗ ਉਧਾਰ ਸਗਲਾ ਦੁੱਖ ਲੱਥਾ। ਸਲੋਕ ਭਾਵੀ ਉਦੋਤ ਕਰਣੰ ਹਰ ਰਮਣੰ ਸੰਯੋਗ ਪੂਰਨ ਹੈ। ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤ ਹੈ। ਕੀਮ ਨਾ ਸਕਾ ਪਾਏ ਸੁਖ ਮਿਤੀ ਹੂ ਬਾਹਰੇ। ਨਾਨਕ ਸਾ ਵੇਲੜੀ ਪਰਵਾਣ ਜਿਤ ਮਿਲੰਦੜੋ ਮਾਂ ਪਿਰੀ। ਮਾਂ ਪਿਰੀ ਮਾਂ ਬੋਲਣਾ ਮਾਂ ਨਹੀਂ ਜਿਤ ਮਿਲੰਦੜੋ ਮਾਂ ਪਿਰੀ।
ਨਾਨਕ ਸਾ ਵੇਲੜੀ ਪਰਵਾਣ ਜਿਤ ਬਿਲੰਦੜੋ ਮਾ ਪਿਰੀ ਸੁਲ ਪੌੜੀ। ਨਾਨਕ ਸਾ ਵੇਲੜੀ ਪਰਵਾਨ, ਵੇਲੜੀ ਉਹ ਵੇਲਾ ਉਹ ਘੜੀ, ਵੇਲੜੀ ਕਰਕੇ ਜਾਂ ਹੋਰ ਰੂਪ ਵਿੱਚ ਪਾਠ ਨਹੀਂ ਕਰਨਾ, ਸਾ ਵੇਲੜੀ ਪਰਵਾਨ। ਪੌੜੇ ਸਾ ਵੇਲਾ ਕਹੋ ਕੌਣ ਹੈ, ਜਿਤ ਪ੍ਰਭ ਕਉ ਪਾਈ, ਸੋ ਮੂਰਤ ਭਲਾ ਸੰਯੋਗ ਹੈ, ਜਿਤ ਮਿਲੈ ਗੁਸਾਈ। ਆਠ ਪਹਿਰ ਹਰ ਧਿਆਏ ਕੈ, ਮਨ ਇੱਛ ਪੁਜਾਈ, ਵੱਡੈ ਭਾਗ ਸਤ ਸੰਗ ਹੋਇ, ਨਿਵ ਲਾਗਾ ਪਾਈ। ਮਨ ਦਰਸ਼ਨ ਕੀ ਪਿਆਸ ਹੈ, ਨਾਨਕ ਬਲ ਜਾਈ। ਸਲੋਕ ਪਤਤ ਪੁਨੀਤ ਗੋਬਿੰਦ ਹੈ, ਸਰਬ ਦੁਖ ਨਿਵਾਰਣ ਹੈ, ਸਰਣ ਸੂਰ ਭਗਵਾਨ ਹੈ, ਜਪੰਤ ਨਾਨਕ ਹਰ ਹਰ ਹਰੇ। ਛੱਡਿਓ ਹਬ ਆਪ, ਲੱਗੜੋ ਚਰਣਾ ਪਾਸ, ਨੱਠੜੋ ਦੁਖ ਤਾਪ, ਨਾਨਕ ਪ੍ਰਭ ਪੇਖੰਦਿਆ ਪੌੜੀ। ਮੇਲ ਲੈ ਹੋ ਦਇਆਲ, ਢਹਿ ਪਏ ਦੁਆਰਿਆ, ਰਖ ਲੇ ਬਹੁ ਦੀਨ ਦਇਆਲ, ਭ੍ਰਮਤ ਬਹੁ ਹਾਰਿਆ। ਭਗਤ ਵਛਲ ਤੇਰਾ ਬਿਰਦ, ਹਰ ਪਤਤ ਉਧਾਰਿਆ, ਤੁਝ ਬਿਨ ਨਾਹੀ ਕੋਇ, ਬਿਨਾ ਮੋਹਿ ਸਾਰਿਆ। ਕਰ ਗਹਿਲੇ ਹੋ ਦਇਆਲ, ਸਾਗਰ ਸੰਸਾਰਿਆ। ਸਲੋਕ ਸੰਤ ਉਧਰਣਾ ਦਇਆਲੰ, ਆਸਰੰ ਗੋਪਾਲ ਕੀਰਤਨ ਹੈ, ਨਿਰਮਲੰ ਸੰਤ ਸੰਗੇਣ, ਓਟ ਨਾਨਕ ਪਰਮੇਸ਼ੁਰ ਹੈ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਾਈ ਕਾਮ। ਸੰਤ ਉਧਰਣ ਦਇਆਲੰ ਪਾਠ ਭਾਈ ਸਾਹਿਬ ਜੀ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ। ਕਈ ਸਾਡੇ ਵੀਰ ਇੱਥੇ ਉਦਾਹਰਣ ਬੋਲ ਜਾਂਦੇ ਨੇ, ਸੰਤ ਉਦਾਹਰਣ ਦਇਆਲੰ। ਸੋ ਚਾਲ ਵਿੱਚ ਜੋ ਪਾਠ ਹੈ ਉਧਰਣ ਹੀ ਆਵੇਗਾ। ਸੰਤ ਉਧਰਣ ਦਇਆਲੰ, ਆਸਰੰ ਗੋਪਾਲ ਕੀਰਤਨ ਹੈ। ਇੱਥੇ ਫਿਰ ਇੱਕ ਬੇਨਤੀ ਕਰਦਿਆਂ ਸੰਗਤਾਂ ਨੂੰ ਯਾਦ ਦਿਵਾ ਦਿਆਂ, ਸਾਰੀ ਵਾਰ ਦੇ ਵਿੱਚ ਜੋ ਪਹਿਲਾ ਸਲੋਕ ਆ ਰਿਹਾ ਹੈ ਹਰ ਪੌੜੀ ਦੇ ਨਾਲ, ਇਸ ਦਾ ਜਿਹੜਾ ਉਚਾਰਨ ਹੈ ਇਹ ਸਾਧੂ ਭਾਸ਼ਾ ਵਿੱਚ ਆ ਰਿਹਾ, ਪ੍ਰਾਕ੍ਰਿਤ ਇਤਿਹਾਦਿਕ ਵਿੱਚ। ਸੋ ਜਿਹੜੀ ਟਿੱਪੀ ਵਾਲੇ ਆਖਰੀ ਅੱਖਰ ਹਨ, ਟਿੱਪੀ ਦੀ ਆਵਾਜ਼ ਤੋਂ ਬਿਨਾਂ ਹੋਰ ਕੋਈ ਆਵਾਜ਼ ਉਸ ਤੋਂ ਅੱਗੇ ਨਹੀਂ ਆਵੇਗੀ। ਉਧਰਣ ਉਧਰਣ ਦਇਆਲੰ, ਦਇਆਲੰ ਜਦੋਂ ਲੱਲੇ ਦੀ ਟਿੱਪੀ ਦਾ ਉਚਾਰਨ ਹੋ ਗਿਆ, ਗਲੇ ਵਿੱਚ ਆਵਾਜ਼ ਖਤਮ ਕਰ ਦੇਣੀ ਹੈ। ਇਸ ਤੋਂ ਬਾਅਦ ਨਾ ਕੋਈ ਨੰਨਾ ਬੋਲਣਾ, ਨਾ ਗੱਗਾ ਬੋਲਣਾ ਹੈ। ਕਈ ਇਸ ਪ੍ਰਕਾਰ ਬੋਲ ਜਾਂਦੇ ਨੇ, ਦਇਆਲੰਗ ਔਰ ਸੰਸਾਰੰਗ ਇਉਂ ਕਰਕੇ ਬੋਲਦੇ ਨੇ, ਬਹੁਤ ਵੱਡੀ ਇੱਕ ਅਸ਼ੁੱਧੀ ਹੈ, ਬਹੁਤ ਵੱਡੀ ਗਲਤੀ ਹੈ। ਟਿੱਪੀ ਤੋਂ ਬਾਅਦ ਕੋਈ ਆਵਾਜ਼ ਨਹੀਂ ਆਉਣੀ। ਸੰਤ ਉਧਰਣ ਦਇਆਲੰ, ਆਸਰੰ ਗੋਪਾਲ ਕੀਰਤਨ ਹੈ, ਨਿਰਮਲੰ ਸੰਤ ਸੰਗੇਣ, ਓਟ ਨਾਨਕ ਪਰਮੇਸ਼ੁਰ ਹੈ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਾਈ ਕਾਮ। ਸ਼ੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਪੌੜੀ ਚਰਨ ਕਮਲ ਕੀ ਓਟ, ਉਧਰੇ ਸਗਲ ਜਨ, ਸੁਨ ਪ੍ਰਤਾਪ ਗੋਬਿੰਦ, ਨਿਰਭਉ ਭਏ ਮਨ। ਤੋਟ ਨ ਆਵੈ ਮੂਲ, ਸੰਚਿਆ ਨਾਮ ਧਨ, ਸੰਤ ਜਨਾ ਸਿਉ ਸੰਗ, ਪਾਈਐ ਵੱਡੈ ਪੁੰਨ। ਆਠ ਪਹਿਰ ਹਰ ਧਿਆਇ, ਹਰ ਜਸ ਨਿਤ ਸੁਨ। ਸਲੋਕ ਦਇਆ ਕਰਣੰ ਦੁਖ ਹਰਣੰ, ਉਚਰਣੰ ਨਾਮ ਕੀਰਤਨ ਹੈ, ਦਇਆਲ ਪੁਰਖ ਭਗਵਾਨ ਹੈ, ਨਾਨਕ ਲਿਪਤ ਨ ਮਾਇਆ। ਸੰਤ ਜਨਾ ਸਿਓ ਸੰਗ, ਪਾਈਐ ਵੱਡੈ ਪੁੰਨ। ਜਿਵੇਂ ਭਾਈ ਸਾਹਿਬ ਨੇ ਉਚਾਰਨ ਕੀਤਾ ਹੈ, ਬਹੁਤਾ ਪੋਲਾ ਵੀ ਨਹੀਂ ਬੋਲਿਆ, ਪੁੰਨ ਵੀ ਨਹੀਂ ਕਿਹਾ, ਅਤੇ ਆਪਣੇ ਕੋਲੋਂ ਟਿੱਪੀ ਲਗਾ ਕੇ ਪੁੰਨ ਵੀ ਨਹੀਂ ਆਖਿਆ। ਸੋ ਇਹ ਉਚਾਰਨ ਦਾ ਅਸਲੀ ਤਰੀਕਾ ਹੈ, ਥੋੜ੍ਹਾ ਜਿਹਾ ਵਜਨ ਪੱਪੇ ਉੱਪਰ ਦੇ ਕੇ, ਸੰਤ ਜਨਾ ਸਿਓ ਸੰਗ, ਪਾਈਐ ਵੱਡੈ ਪੁੰਨ। ਹਾਂਜੀ। ਭਾਹੇ ਬਲੰਦੜੀ ਬੁਝ ਗਈ, ਭਾਹੇ ਬਲੰਦੜੀ ਬੁਝ ਗਈ, ਰਖੰਦੜੋ ਪ੍ਰਭ ਆਪ, ਜਿਨ ਉਪਾਈ ਮੇਦਨੀ, ਨਾਨਕ ਸੋ ਪ੍ਰਭ ਜਾਪ। ਪੌੜੀ ਭਾਹੇ ਬਲੰਦੜੀ ਬੁਝ ਗਈ, ਬੁਝ ਗਈ ਨਹੀਂ ਬੋਲਣਾ, ਬੁਝ ਗਈ ਪੋਲੇ ਰੂਪ ਵਿੱਚ ਹੀ ਉਚਾਰਨ ਹੈ ਜੀ। ਪੌੜੀ
ਜਾ ਪ੍ਰਭ ਭਏ ਦਇਆਲ ਨਾ ਵਿਆਪੈ ਮਾਇਆ ਕੋਟ ਅਗਹ ਗਏ ਨਾਸ ਹਰ ਇੱਕ ਧਿਆਇਆ ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਗ ਕੁਲ ਸਬਾਇਆ ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਗ ਕੁਲ ਸਬਾਇਆ ਸਲੋਕ ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਹੈ ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਤ ਉਧਾਰਣ ਹੈ ਭਉ ਜਲ ਵਿਖਮ ਅਸਗਾਹ ਗੁਰ ਬੋਹਿਥੈ ਤਾਰਿਅਮ ਨਾਨਕ ਪੂਰ ਕਰਮ ਸਤਿਗੁਰ ਚਰਣੀ ਲੱਗਿਆ ਪੌੜੀ ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਬ ਭਏ ਤਾਂ ਅਵਗੁਣ ਸਭ ਛਪੇ ਪਾਰ ਬ੍ਰਹਮ ਗੁਰਦੇਵ ਨੀਚਹ ਉੱਚ ਥਪੇ ਕਾਟ ਸਿਲਕ ਦੁਖ ਮਾਇਆ ਕਰ ਲੀਨੇ ਆਪ ਦਸੇ ਆਪ ਦਸੇ ਵੱਖਰਾ ਵੱਖਰਾ ਹੈ ਆਪ ਦਸੇ ਇਕੱਠਾ ਨਹੀਂ ਬਣਨਾ ਹਾਂਜੀ ਗੁਣ ਗਾਏ ਬੇਅੰਤ ਰਸਨਾ ਹਰ ਜਸੇ ਸਲੋਕ ਦ੍ਰਿਸ਼ਟੰਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰਹਰ ਹੈ ਨਾਮਦਾਨ ਜਾਚੰਤ ਨਾਨਕ ਦਇਆਲ ਪੁਰਖ ਕਿਰਪਾ ਕਰਹਿ ਹਿਕ ਸੇਵੀ ਹਿਕ ਸੰਮਲਾ ਹਰ ਇੱਕ ਸਪਹਿ ਅਰਦਾਸ ਨਾਮ ਵਖਰ ਧਨ ਸੰਚਿਆ ਨਾਨਕ ਸੱਚੀ ਰਾਸ ਪੌੜੇ ਪ੍ਰਭ ਦਇਆਲ ਬੇਅੰਤ ਪੂਰਨ ਇੱਕ ਏਹੋ ਸਭ ਕਿਛੇ ਆਪੇ ਆਪ ਦੂਜਾ ਕਹਾ ਕੇਹੋ ਆਪ ਕਰਹੋ ਪ੍ਰਭ ਦਾਨ ਆਪੇ ਆਪ ਲੇਹੋ ਆਵਣ ਜਾਣਾ ਹੁਕਮ ਸਭ ਨਿਹਚਲ ਤੁਧ ਥੇਹੋ ਨਾਨਕ ਮੰਗੈ ਦਾਨ ਕਰ ਕਿਰਪਾ ਨਾਮ ਦੇਹੋ ਆਵਣ ਜਾਣਾ ਹੁਕਮ ਸਭ ਨਿਹਚਲ ਤੁਧ ਥੇਹੋ ਕਈ ਸਾਡੇ ਵੀਰ ਹੁਕਮ 'ਤੇ ਹੀ ਰੁਕ ਜਾਂਦੇ ਨੇ ਆਵਣ ਜਾਣਾ ਹੁਕਮ ਸਭ ਨਿਹਚਲ ਇਉਂ ਪਾਠ ਕਰ ਜਾਂਦੇ ਹਨ ਜੋ ਸਹੀ ਨਹੀਂ ਆਵਣ ਜਾਣਾ ਹੁਕਮ ਸਭ ਨਿਹਚਲ ਤੁਧ ਥੇਹੋ ਜੈਤ ਸਰੇ ਬਾਣੀ ਭਗਤਾ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਥ ਕਛੂ ਨਾ ਜਾਨਾਉ ਮਨ ਮਾਇਆ ਕੈ ਹਾਥ ਬੇਕਾਨਾਉ ਰਹਾਉ ਤੁਮ ਕਹੀਅਤ ਹਉ ਜਗਤ ਗੁਰ ਸੁਆਮੀ ਹਮ ਕਹੀਅਤ ਕਲ ਯੁਗ ਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰ ਜੀਤੇ ਅੰਤਰ ਪਾਰਿਓ ਜਾਤ ਦੇਖਾਓ ਤਾਤ ਦੁੱਖ ਕੀ ਰਾਸੀ ਅਜਾਉ ਨਾ ਪਤੇ ਆਏ ਨਿਗਮ ਭਏ ਸਾਖੀ ਅਜਾਉ ਨਾ ਪਤੇ ਆਏ ਪਤਾਏ ਨਹੀਂ ਬੋਲਣਾ ਤੱਤੇ ਦੇ ਹੇਠਾਂ ਅਰਧ ਜਈਏ ਦਾ ਚਿੰਨ੍ਹ ਹੈ ਪਤਿਆਏ ਪਾਠ ਕਰਨਾ ਜੀ ਗੋਤਮ ਨਾਰ ਉਮਾਪਤ ਸੁਆਮੀ ਸੀਸ ਧਰਨ ਸਹਿਸ ਭਗ ਗਾਮੀ ਇਨ ਦੂਤਨ ਖਲ ਬੱਧ ਕਰ ਮਾਰਿਓ ਵੱਡੋ ਨਿਲਾਜ ਅਜਹੂ ਨਹੀਂ ਹਾਰਿਓ ਕਹਿ ਰਵਦਾਸ ਕਹਾ ਕੈਸੇ ਕੀਜੈ ਬਿਨ ਰਘੁਨਾਥ ਸਰਨ ਕਾ ਕੀ ਲੀਜੈ ਇਨ ਦੂਤਨ ਖਲ ਬੱਧ ਕਰ ਮਾਰਿਓ ਖਲ ਬੋਲਣਾ ਖਲ ਨਹੀਂ ਖਲ ਪੋਲਾ ਬੋਲਣਾ ਬੱਧ ਕਰ ਮਾਰਿਓ ਬੱਬੇ ਤੇ ਵਜ਼ਨ ਰੱਖ ਕੇ ਬੋਲਣਾ ਹੈ ਬੱਧ ਕਰ ਮਾਰਿਓ ਇੱਥੇ ਜੈਤਸਰੀ ਰਾਗ ਦੀ ਸੰਪੂਰਨਤਾ ਹੋਈ ਹੈ ਅੱਗੇ ਟੋਡੀ ਦੀ ਆਰੰਭਤਾ ਹੋ ਰਹੀ ਹੈ ਹਾਂਜੀ ਗੌਤਮ ਨਾਰ ਉਮਾਪਤ ਸੁਆਮੀ ਉਮਾਪਤ ਦੋਵਾਂ ਨੂੰ ਆਪਸ ਵਿੱਚ ਸੰਬੰਧਕ ਕਰਕੇ ਉਮਾਪਤ ਉਮਾਪਤ ਨਹੀਂ ਬੋਲਣਾ ਅਜਾਉ ਨਾ ਪਤਿਆਏ ਨਿਗਮ ਭਏ ਸਾਖੀ ਗੌਤਮ ਨਾਰ ਉਮਾਪਤ ਸੁਆਮੀ ਸੀਸ ਧਾਰਨ ਸਹਿਸ ਪਗ ਗਾਮੀ ਹਾਂਜੀ ਤੁਮ ਕਹੀਅਤ ਹਾਓ ਇਹ ਪਾਠ ਆਪਸ ਵਿੱਚ ਕਹੀਅਤ ਅਤੇ ਹਾਓ ਜਿਹੜੇ ਅੱਖਰ ਨੇ ਇਹ ਆਪਸ ਵਿੱਚ ਸੰਬੰਧਕ ਆਉਣਗੇ ਇਹਨਾਂ ਨੂੰ ਵੱਖਰਾ ਵੱਖਰਾ ਜੁਦਾ ਨਹੀਂ ਕਰਨਾ ਤੁਮ ਕਹੀਅਤ ਹਾਓ ਜਗਤ ਗੁਰ ਸੁਆਮੀ
ਹਮ ਕਹੀਅਤ ਕਲਯੁਗ ਕੇ ਕਾਮਨਾ। ਹਾਂਜੀ, ਸੀਸ ਧਰਨ ਸਹਿਸ ਭਾਗ ਗਾਮੀ, ਸੋ ਇਹ ਵੀ ਆਪਸ ਵਿੱਚ ਸੰਬੰਧਕ ਹਨ। ਇਸ ਰੂਪ ਵਿੱਚ ਜਿਵੇਂ ਭਾਈ ਸਾਹਿਬ ਜੀ ਪਾਸੋਂ ਪਾਠ ਆਪ ਜੀ ਨੇ ਸਰਵਣ ਕੀਤਾ, ਆਓ ਅੱਗੇ ਆਪਾਂ ਸੁਣੀਏ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਟੋਡੀ ਮਹੱਲਾ ਚੌਥਾ ਘਰ ਪਹਿਲਾ ਹਰ ਬਿਨ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੁਰ ਨਾ ਭਵਜਲ ਫੇਰਾ ਰਹਾ ਮੇਰਾ ਹੀ ਅਰੈ ਲੋਚ ਲੱਗੀ ਪ੍ਰਭ ਕੇਰੀ ਹਰ ਨੈਨਹੁ ਹਰ ਪ੍ਰਭ ਹੇਰਾ ਸਤਿਗੁਰ ਦਇਆਲ ਹਰ ਨਾਮ ਦ੍ਰਿੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ ਹਰ ਹਿਰਦੈ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਲੋਭ ਵਿਕਾਰ ਜਿਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਓਏ ਮਨਮੁਖ ਮੂੜ ਅਗਿਆਨੀ ਕਹੀਐ ਹੈ ਤਿਨ ਮਸਤਕ ਭਾਗ ਮੰਦੇਰਾ ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਧੁਰ ਮਸਤਕ ਭਾਗ ਲਿਖੇਰਾ ਟੋਡੀ ਮਹੱਲਾ ਪੰਜਵਾ ਘਰ ਪਹਿਲਾ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਤਨ ਅਵਰ ਨ ਕਾਹੂ ਜਾਨੀ ਬੇਪਰਵਾਹ ਸਦਾ ਰੰਗ ਹਰ ਕੈ ਜਾ ਕੋ ਪਾਖ ਸੁਆਮੀ ਰਹਾਉ ਊਚ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੂ ਤਾਨੀ ਐਸੋ ਅਮਰ ਮਿਲਿਓ ਭਗਤਨ ਕਾਉ ਰਾਚ ਰਹੇ ਰੰਗ ਗਿਆਨੀ ਰੋਗ ਸੋਗ ਦੁਖ ਜਰਾ ਮਰਾ ਹਰ ਜਨ ਹੈ ਨਹੀਂ ਨਿਕਟਾਨੀ ਨਿਰਭਉ ਹੋਏ ਰਹੇ ਲਿਵ ਏਕੈ ਨਾਨਕ ਹਰ ਮਨ ਮਾਨੀ ਰੋਗ ਸੋਗ ਦੁਖ ਜਰਾ ਮਰਾ ਹਰ ਜਨ ਹੈ ਨਹੀਂ ਨਿਕਟਾਨੀ ਇਸ ਰੂਪ ਵਿੱਚ ਇਹ ਵਿਸਰਾਮ ਲਾਉਣਾ ਜੀ। ਹਾਂਜੀ, ਟੋਡੀ ਊਚ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੂ ਤਾਨੀ ਤਾਣੀ ਮਤਲਬ ਜੋ ਭਗਤੀ ਰੂਪੀ ਕਨਾਤ ਹੈ ਬਿਨਾਂ ਮਹਾਂਪੁਰਸ਼ਾਂ ਤੋਂ ਕਿਸੇ ਨੇ ਤਾਣੀ ਨਹੀਂ ਹੈ ਤਾਣੀ ਤਾਨੀ ਇਹਨੂੰ ਤਾਨੀ ਪੋਲੇ ਪਾਠ ਕਰਦਾ ਜੀ ਖਿਆਲ ਰੱਖਣਾ। ਟੋਡੀ ਮਹੱਲਾ ਪੰਜਵਾ ਹਰ ਬਿਸਰਤ ਸਦਾ ਖੁਆਰੀ ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਚੱਲੈ ਗੁਹਾਰੀ ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕਉ ਕਿਰਪਾ ਧਾਰੀ ਸੋ ਸੁਖਿਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਨਾਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੋ ਹਾਰੀ ਚਲੈ ਗੋ ਨੂੰ ਚਲੈ ਦੇ ਨਾਲ ਸੰਬੰਧਿਤ ਕਰਨਾ ਹਾਰੀ ਦੇ ਨਾਲ ਕਰਕੇ ਗੁਹਾਰੀ ਨਹੀਂ ਕਰ ਦੇਣਾ ਅੰਤ ਚਲੈ ਗੋ ਹਾਰੀ। ਟੋਡੀ ਮਹੱਲਾ ਪੰਜਵਾ ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧਾਇਓ ਰੇ ਮਨ ਦਹਿ ਦਿਸ ਧਾਇਓ ਮਾਇਆ ਮਗਨ ਸੁਆਦ ਲੋਭ ਮੋਹਿਓ ਤਿਨ ਪ੍ਰਭ ਆਪ ਭੁਲਾਇਓ ਰਹਾਉ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਇੱਕ ਮੁਹਤ ਨਾ ਇਹੋ ਮਨ ਲਾਇਓ ਬਿਗਸਿਓ ਪੇਖ ਰੰਗ ਕਸੁੰਭ ਕੋ ਪਰ ਗ੍ਰਹਿ ਜੋਹਨ ਜਾਇਓ ਚਰਨ ਕਮਲ ਸਿਓ ਭਾਉ ਨ ਕੀਨੋ ਨਹਿ ਸਤਪੁਰਖ ਮਨਾਇਓ ਧਾਵਤ ਕਉ ਧਾਵਹਿ ਬਹੁ ਭਾਤੀ ਜਿਉ ਤੇਲੀ ਬਲਦ ਪਰਮਾਇਓ
ਨਾਮ ਦਾਨ ਇਸਨਾਨ ਨਾ ਕੀਓ, ਇੱਕ ਨਿਮਖ ਨਾ ਕੀਰਤ ਗਾਇਓ, ਨਾ ਨਾ ਝੂਠ ਲਾਏ ਮਨ ਤੋਖਿਓ, ਨਹਿ ਬੁਝਿਓ ਅਪਨਾਇਓ, ਪਰ ਉਪਕਾਰ ਨਾ ਕਬਹੂ ਕੀਏ, ਨਹਿ ਸਤਿਗੁਰ ਸੇਵਤੇ ਆਇਓ, ਪੰਚ ਦੂਤ ਰਚ ਸੰਗਤ ਗੋਸ਼ਟ, ਪੰਚ ਦੂਤ ਰਚ ਸੰਗਤ ਗੋਸ਼ਟ, ਮਤਵਾਰੋ ਮਦਮਾਇਓ, ਕਰੋ ਬੇਨਤੀ ਸਾਧ ਸੰਗਤ ਹਰ, ਭਗਤ ਵਚਲ ਸੁਣ ਆਇਓ, ਨਾਨਕ ਭਾਗ ਪਰਿਓ ਹਰ ਪਾਛੈ, ਰਾਖ ਲਾਜ ਅਪਨਾਇਓ, ਟੋਡੀ ਮਹੱਲਾ ਪੰਜਵਾ। ਕਰੋ ਬੇਨਤੀ ਸਾਧ ਸੰਗਤ ਹਰ, ਇੱਥੇ ਵਿਸਰਾਮ ਹੈ ਜਿਵੇਂ ਆਪ ਜੀ ਨੇ ਸਰਵਣ ਕੀਤਾ, ਕਈ ਸਾਧ ਸੰਗਤ 'ਤੇ ਰੁਕ ਜਾਂਦੇ ਨੇ। ਕਰੋ ਬੇਨਤੀ ਸਾਧ ਸੰਗਤ ਹਰ, ਭਗਤ ਵਚਲ ਸੁਣ ਆਇਓ। ਟੋਡੀ ਮਹੱਲਾ ਪੰਜਵਾ, ਮਾਨੁਖ ਬਿਨ ਬੂਝੇ ਬਿਰਥਾ ਆਇਆ, ਅਨਕ ਸਾਜ ਸੀਗਾਰ ਬਹੁ ਕਰਤਾ, ਜਿਉਂ ਮ੍ਰਿਤਕ ਓਢਾਇਆ ਰਹਾਉ, ਧਾਇ ਧਾਇ ਕ੍ਰਿਪਨ ਸ਼੍ਰਮ ਕੀਨੋ, ਇਕੱਤਰ ਕਰੀ ਹੈ ਮਾਇਆ, ਦਾਨ ਪੁੰਨ ਨਹੀਂ ਸੰਤਨ ਸੇਵਾ, ਕਿਤ ਹੀ ਕਾਜ ਨਾ ਆਇਆ, ਕਰ ਆਭਰਣ ਸਵਾਰੀ ਸੇਜਾ, ਕਾਮਣ ਥਾਟ ਬਣਾਇਆ, ਸੰਗ ਨ ਪਾਇਓ ਆਪਣੇ ਭਰਤੇ, ਪੇਖ ਪੇਖ ਦੁੱਖ ਪਾਇਆ, ਧਾਇ ਧਾਇ ਕ੍ਰਿਪਨ ਸ਼੍ਰਮ ਕੀਨੋ, ਇਕੱਤਰ ਕਰੀ ਹੈ ਮਾਇਆ। ਕ੍ਰਿਪਨ ਸ਼੍ਰਮ ਇਕੱਤਰ, ਇਹ ਲਫਜ਼ਾਂ ਦੇ ਉਚਾਰਨ ਦਾ ਖਿਆਲ ਰੱਖਣਾ ਜੀ। ਦਾਨ ਪੁੰਨ ਨਹੀਂ ਸੰਤਨ ਸੇਵਾ, ਕਿਤ ਹੀ ਕਾਜ ਨਾ ਆਇਆ, ਕਰ ਆਭਰਣ, ਆਭਰਣ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਇਹ ਖਿਆਲ ਰੱਖਣਾ। ਕਰ ਆਭਰਣ ਸਵਾਰੀ ਸੇਜਾ, ਕਾਮਨ ਥਾਟ ਬਣਾਇਆ, ਕਾਮਨ ਕਾਮਨ ਇਕੱਠਾ ਪਾਠ ਹੈ, ਕਾਮਨ ਥਾਟ ਬਣਾਇਆ, ਸੰਗ ਨਾ ਪਾਇਓ ਆਪਣੇ ਭਰਤੇ, ਪੇਖ ਪੇਖ ਦੁੱਖ ਪਾਇਆ। ਸਾਰੋ ਦਿਨ ਸਮਜੂਰੀ ਕਰਤਾ, ਤੁਹ ਮੁਸਲ ਹੈ ਸ਼ਰਾਇਆ, ਖੇਦ ਭਇਓ ਬੇਗਾਰੀ ਨਿਆਈ, ਘਰ ਕੈ ਕਾਮ ਨਾ ਆਇਆ। ਖਿਆਲ ਰੱਖਣਾ ਖਾਲਸਾ ਜੀ, ਉੱਪਰ ਪਾਠ ਆਇਆ ਸੀ ਕਾਮਨ ਥਾਟ ਬਣਾਇਆ, ਅਤੇ ਇੱਥੇ ਘਰ ਕੈ ਕਾਮ ਨਾ ਆਇਆ, ਇਹਨਾਂ ਦੋਹਾਂ ਅੱਖਰਾਂ ਦੀ ਬਣਤਰ ਨੂੰ ਧਿਆਨ ਵਿੱਚ ਰੱਖਣਾ। ਕਾਮਨ ਕੱਕੇ ਕੰਨਾ ਮੰਮਾ ਨੰਨੇ ਸਿਆਰੀ, ਕਾਮਨ ਤੋਂ ਭਾਵ ਹੈ ਇਸਤਰੀ, ਔਰ ਘਰ ਕੈ ਕਾਮ ਨਾ ਆਇਆ, ਮੰਮੇ ਨੂੰ ਸਿਆਰੀ ਹੈ, ਨੰਨਾ ਮੁਕਤਾ ਹੈ, ਵੱਖ ਹੋਵੇਗਾ, ਘਰ ਦੇ ਕੰਮ ਨਹੀਂ ਆਇਆ, ਭਾਵ ਆਪਣਾ ਜਿਹੜਾ ਜੀਵ ਹਿਰਦਾ ਰੂਪੀ ਘਰ ਹੈ ਨਾ, ਉਹਦੇ ਕੰਮ ਵੀ ਨਹੀਂ ਆਇਆ ਦੁਨੀਆਂ ਦਾ ਖੱਟਿਆ ਧਨ, ਅਤੇ ਆਪਣੇ ਵੀ ਕੰਮ ਨਾ ਆਇਆ ਜਦੋਂ ਦੁਨੀਆਂ ਤੋਂ ਨਾਲ ਇੱਥੋਂ ਚਲੇ ਗਏ। ਹਾਂਜੀ। ਭਇਓ ਅਨੁਗ੍ਰਹ ਜਾ ਕਉ ਪ੍ਰਭ ਕੋ, ਤਿਸ ਹਿਰਦੈ ਨਾਮ ਵਸਾਇਆ, ਸਾਧ ਸੰਗਤ ਕੈ ਪਾਛੈ ਪਰਿਆ, ਜਨ ਨਾਨਕ ਹਰ ਰਸ ਪਾਇਆ, ਸਾਧ ਸੰਗਤ ਕੈ ਪਾਛੈ ਪਰਿਆ, ਜਨ ਨਾਨਕ ਹਰ ਰਸ ਪਾਇਆ। ਟੋਡੀ ਮਹੱਲਾ ਪੰਜਵਾ, ਕ੍ਰਿਪਾ ਨਿਧ ਬਸੋ ਹਿਰਦੈ ਹਰ ਨੀਤ, ਤੈਸੀ ਬੁੱਧ ਕਰਹੁ ਪ੍ਰਗਾਸਾ, ਲਾਗੈ ਪ੍ਰਭ ਸੰਗ ਪ੍ਰੀਤ ਰਹਾਉ, ਦਾਸ ਤੁਮਾਰੇ ਕੀ ਪਾਵੋ ਧੂਰਾ, ਮਸਤਕ ਲੇ ਲਾਵੋ, ਮਹਾਪਤਤ ਤੇ ਹੋਤ ਪੁਨੀਤਾ, ਹਰ ਕੀਰਤਨ ਗੁਣ ਗਾਵੋ, ਆਗਿਆ ਤੁਮਰੀ ਮੀਠੀ ਲਾਗੋ, ਕੀਓ ਤੁਹਾਰੋ ਭਾਵੋ, ਜੋ ਤੂੰ ਦੇਹ ਤਹੀ ਇਹੋ ਤ੍ਰਿਪਤੈ, ਆਨ ਨਾ ਕਤਹੂ ਧਾਵੋ, ਸਦ ਹੀ ਨਿਕਟ ਜਾਨੋ ਪ੍ਰਭ ਸੁਆਮੀ, ਸਗਲ ਰੇਣ ਹੋਏ ਰਹੀਐ, ਸਾਧੂ ਸੰਗਤ ਹੋਏ ਪ੍ਰਾਪਤ, ਤਾ ਪ੍ਰਭ ਆਪਣਾ ਲਹੀਐ, ਸਦਾ ਸਦਾ ਹਮ ਸ਼ੋਹਰੇ ਤੁਮਰੇ, ਤੂੰ ਪ੍ਰਭ ਹਮਰੂ ਮੀਰਾ, ਨਾਨਕ ਬਾਰਿਕ ਤੁਮ ਮਾਤ ਪਿਤਾ, ਮੁਖ ਨਾਮ ਤੁਮਾਰੋ ਖੀਰਾ। ਟੋਡੀ ਮਹੱਲਾ ਪੰਜਵਾ, ਘਰ ਦੂਜਾ ਦੋ ਪਦੇ ਇੱਕ, ਓਅੰਕਾਰ ਸਤਿਗੁਰ ਪ੍ਰਸਾਦ, ਮੰਗਾਓ ਦਾਨ ਠਾਕੁਰ ਨਾਮ, ਅਵਰ ਕਛੂ ਮੇਰਾ ਸੰਗ ਨਾ ਚਾਲੈ, ਮਿਲੈ ਕ੍ਰਿਪਾ ਗੁਣ ਗਾਮ ਰਹਾਉ, ਰਾਜਮਾਲ ਅਨੇਕ ਭੋਗ ਰਸ, ਸਗਲ ਤਰਵਰ ਕੀ ਸ਼ਾਮ, ਧਾਇ ਧਾਇ ਬਹੁਵਿਧ ਕਉ ਧਾਵੈ, ਸਗਲ ਨਿਰਾਰਥ ਕਾਮ,
ਬਿਨ ਗੋਵਿੰਦ ਅਵਰ ਜੇ ਚਾਹਾਉ ਦੀਸੈ ਸਗਲ ਬਾਤ ਹੈ ਖਾਮਾ ਕਹੋ ਨਾਨਕ ਸੰਤ ਰੇਨ ਮੰਗਾਉ ਮੇਰੋ ਮਨ ਪਾਵੈ ਬਿਸਰਾਮ ਟੋਡੀ ਮਹੱਲਾ ਪੰਜਵਾ ਪ੍ਰਭ ਜੀ ਕੋ ਨਾਮ ਮਨ ਹੈ ਸਾਧਾਰੈ ਜੀਅ ਪ੍ਰਾਨ ਸੂਖ ਇਸ ਮਨ ਕਾਉ ਬਰਤਨ ਏਹ ਹਮਾਰੈ ਰਹਾਉ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰਾ ਪਰਵਾਰੈ ਨਾਮ ਸਖਾਈ ਸਦਾ ਮੇਰਾ ਸੰਗ ਹਰ ਨਾਮ ਮੋਕਉ ਨਿਸਤਾਰੈ ਵਿਖੈ ਬਿਲਾਸ ਕਹੀਅਤ ਬਹੁ ਤੇਰੇ ਚਲਤ ਨ ਕਛੂ ਸੰਗਾਰੈ ਇਸ਼ਟ ਮੀਤ ਨਾਮ ਨਾਨਕ ਕੋ ਹਰ ਨਾਮ ਮੇਰਾ ਭੰਡਾਰੈ ਟੋਡੀ ਮਹੱਲਾ ਪੰਜਵਾ ਨੀਕੇ ਗੁਣ ਗਾਉ ਮਿਟਹੀ ਰੋਗ ਮੁਖ ਊਜਲ ਮਨ ਨਿਰਮਲ ਹੋਈ ਹੈ ਤੇਰੋ ਰਹੈ ਈਹਾ ਊਹਾ ਲੋਗ ਰਹਾਉ ਹਾਂਜੀ ਇਹ ਵਿਸਰਾਮ ਇਸੇ ਪ੍ਰਕਾਰ ਹੈ ਮੁਖ ਊਜਲ ਮਨ ਨਿਰਮਲ ਹੋਈ ਹੈ ਤੇਰੋ ਰਹੈ ਈਹਾ ਊਹਾ ਲੋਗ ਕਈ ਸਾਡੇ ਵੀਰ ਤੇਰੋ 'ਤੇ ਜਾ ਕੇ ਵਿਸਰਾਮ ਲਗਾ ਦਿੰਦੇ ਨੇ ਪਰ ਹੋਈ ਹੈ ਅਤੇ ਵਿਸਰਾਮ ਸ਼ੁੱਧ ਹੈ ਤੇਰੋ ਰਹਿ ਈਹਾ ਊਹਾ ਲੋਕ ਇੱਥੇ ਇਸ ਲੋਕ ਵਿੱਚ ਵੀ ਅਤੇ ਉਸ ਲੋਕ ਵਿੱਚ ਵੀ ਤੇਰੀ ਰਹਿ ਆਵੇਗੀ ਹਾਂਜੀ ਚਰਨ ਪਖਾਰ ਕਰੋ ਗੁਰ ਸੇਵਾ ਮਨਹਿ ਚਰਾਵੋ ਭੋਗ ਮਨਹਿ ਚਰਾਵੋ ਭੋਗ ਚਰਨ ਪਖਾਰ ਕਰੋ ਗੁਰ ਸੇਵਾ ਮਨਹਿ ਚਰਾਵੋ ਭੋਗ ਛੋੜ ਆਪਤ ਬਾਦ ਅਹੰਕਾਰਾ ਮਾਨ ਸੋਈ ਜੋ ਹੋਗ ਆਪਤ ਜਿਵੇਂ ਭਾਈ ਸਾਹਿਬ ਜੀ ਨੇ ਬੋਲਿਆ ਹੈ ਇਸੇ ਰੂਪ ਵਿੱਚ ਹੀ ਉਚਾਰਨ ਹੈ ਆਪਤ ਕਰਕੇ ਨਹੀਂ ਬੋਲਣਾ ਜਾਂ ਹੋਰ ਆਪਤ ਕਰਕੇ ਵੀ ਨਹੀਂ ਛੋੜ ਆਪਤ ਬਾਦ ਅਹੰਕਾਰ ਆਪਤ ਤੋਂ ਭਾਵ ਹੈ ਅਪਣੱਤ ਆਪਣਾ ਆਪਾ ਹਾਂਜੀ ਸੰਤ ਟਹਿਲ ਸੋਈ ਹੈ ਲਾਗਾ ਜਿਸ ਮਸਤਕ ਲਿਖਿਆ ਲਿਖੋਗ ਕਹੋ ਨਾਨਕ ਏਕ ਬਿਨ ਦੂਜਾ ਅਵਰ ਨ ਕਰਣਾ ਜੋਗ ਟੋਡੀ ਮਹੱਲਾ ਪੰਜਵਾ ਸਤਿਗੁਰ ਆਇਓ ਸਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੁਭਾ ਚਿੰਤਾ ਲਾਹੇ ਹਮਾਰੀ ਰਹਾਉ ਸਤਿਗੁਰ ਆਇਓ ਸਰਨ ਤੁਹਾਰੀ ਇਉਂ ਸਿੱਧਾ ਨਹੀਂ ਬੋਲਣਾ ਕਿ ਸਤਿਗੁਰ ਆਇਓ ਸਰਨ ਤੁਹਾਰੀ ਸਤਿਗੁਰ 'ਤੇ ਵਿਸਰਾਮ ਦੇ ਕੇ ਸਤਿਗੁਰ ਆਇਓ ਸਰਨ ਤੁਹਾਰੀ ਹਾਂਜੀ ਅਵਰ ਨਾ ਸੂਝੈ ਦੂਜੀ ਠਾਹਰ ਹਾਰ ਪਰਿਓ ਤਉ ਦੁਆਰੀ ਲੇਖਾ ਛੋੜ ਅਲੇਖਾ ਛੂਟ ਹੈ ਹਮ ਨਿਰਗੁਣ ਲੇਹ ਓ ਵਾਰੀ ਲੇਖਾ ਛੋੜ ਅਲੇਖਾ ਛੂਟ ਹੈ ਹਮ ਨਿਰਗੁਣ ਲੇਹ ਓ ਵਾਰੀ ਸਦਬਖ ਸਿੰਧ ਸਦਾ ਮਿਹਰਬਾਨਾ ਸਭਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲੇਹੋ ਇਹ ਬਾਰੀ ਟੋਡੀ ਮਹੱਲਾ ਪੰਜਵਾ ਰਸਨਾ ਗੁਣ ਗੋਪਾਲ ਨਿਧ ਗਾਇਣ ਸਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਭਲਾਇਣ ਰਹਾਉ ਜੋ ਮੰਗ ਹੈ ਸੋਈ ਸੋਈ ਪਾਵ ਹੈ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੁਹੂ ਤੇ ਛੂਟ ਹੈ ਭਵਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਪਰਾਇਣ ਅਵਨਾਸੀ ਖੇਮ ਚਾਹ ਹੈ ਜੇ ਨਾਨਕ ਸਦਾ ਸਿਮਰ ਨਾਰਾਇਣ ਇਸ ਸ਼ਬਦ ਦੀਆਂ ਸਾਰੀਆਂ ਪੰਗਤੀਆਂ ਦਾ ਜੋ ਤੁਕਾਂਤ ਆ ਰਿਹਾ ਹੈ ਗਾਇਣ ਪਲਾਇਣ ਰਸਾਇਣ ਤਰਾਇਣ ਔਰ ਇਸੇ ਪ੍ਰਕਾਰ ਪ੍ਰਾਇਣ ਨਾਰਾਇਣ ਜਿਵੇਂ ਭਾਈ ਸਾਹਿਬ ਨੇ ਉਚਾਰਨ ਕੀਤਾ ਹੈ ਸ਼ੁੱਧ ਰੂਪ ਵਿੱਚ ਇਹ ਅਭਿਆਸ ਕਰਨਾ ਹੈ ਆਪਾਂ ਬੋਲਣ ਦਾ ਸਾਡੀ ਰਸਨਾ ਇਉਂ ਕੁਝ ਗੋਤਾ ਜਿਹਾ ਖਾ ਜਾਂਦੀ ਹੈ ਕਿ ਅਸੀਂ ਵਿੱਚ ਐੜਾ ਆਪਣੇ ਕੋਲੋਂ ਹੀ ਲਾ ਜਾਂਦੇ ਹਾਂ ਪ੍ਰਾਇਣ ਨਾਰਾਇਣ ਇਉਂ ਬੋਲ ਜਾਂਦੇ ਹਾਂ ਸੋ ਆਮ ਤੌਰ 'ਤੇ ਨਾਰਾਇਣ ਗਾਇਣ ਇਉਂ ਸੁਣਨ ਵਿੱਚ ਆਉਂਦਾ ਪਾਠੀ ਸਿੰਘਾਂ ਰਾਗੀ ਸਿੰਘਾਂ ਕੋਲੋਂ ਵੀ ਪਰ ਐੜਾ ਨਹੀਂ ਲਿਖਿਆ ਹੋਇਆ ਅਤੇ ਨਾ ਹੀ ਇੱਥੇ ਜਈਆ ਲਿਖਿਆ ਹੋਇਆ ਈੜੀ ਸਿਹਾਰੀ ਹੈ ਅੱਗੇ ਨਾਣਾ ਹੈ ਸੋ ਇਸ ਪ੍ਰਕਾਰ ਹੀ ਉਚਾਰਨ ਕਰਨਾ ਹੈ ਪਾਇਣ ਗਾਇਣ ਨਾਰਾਇਣ ਨੰਨੇ ਨੂੰ ਕੰਨਾ ਨਾਰਾਇਣ ਜੇ ਕੰਨਾ ਨਾ ਹੋਵੇ ਨੰਨੇ ਨੂੰ ਤਾਂ ਨਾਰਾਇਣ
ਇਹ ਆਪਾਂ ਉਚਾਰਨ ਦਾ ਅਭਿਆਸ ਕਰਨਾ ਹੈ ਤਾਂ ਕਿ ਸਾਡੇ ਉਚਾਰਨ ਵਿੱਚ ਅਸ਼ੁੱਧੀ ਨਾ ਰਹੇ। ਟੋਡੀ ਮਹੱਲਾ ਪੰਜਵਾ ਨਿੰਦਕ ਗੁਰ ਕਿਰਪਾ ਤੇ ਹਾਟਿਓ ਪਾਰ ਬ੍ਰਹਮ ਪ੍ਰਭ ਭਏ ਦਇਆਲਾ ਸੇਵਕੈ ਬਾਣ ਸਿਰ ਕਾਟਿਓ ਰਹਾਉ ਕਾਲ ਜਾਲ ਜਮ ਜੋਹਿ ਨਾ ਸਾਕੈ ਸੱਚ ਕਾ ਪੰਥਾ ਥਾਟਿਓ ਖਾਤ ਖਰਚਿਤ ਕਿਛ ਨਿਖੁਟਤ ਨਾਹੀ ਰਾਮ ਰਤਨ ਧਨ ਖਾਟਿਓ ਖਾਤ ਖਰਚਿਤ ਕਿਛ ਨਿਖੁਟਤ ਨਾਹੀ ਰਾਮ ਰਤਨ ਧਨ ਖਾਟਿਓ ਭਸਮਾ ਭੂਤ ਹੋਆ ਖਿਨ ਭੀਤਰ ਆਪਣਾ ਕੀਆ ਪਾਇਆ ਆਗਮ ਨਿਗਮ ਕਹੈ ਜਨ ਨਾਨਕ ਸਭ ਦੇਖੈ ਲੋਕ ਸਬਾਇਆ ਜਿਨ ਜਿਨ ਕਿਨੀ ਮੇਰੇ ਗੁਰ ਕੀ ਆਸਾ ਜਿਨ ਜਿਨ ਕਿਨੀ ਮੇਰੇ ਗੁਰ ਕੀ ਆਸਾ ਤਿਸ ਕੀ ਕਟੀਏ ਜਮ